ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਅਤੇ ਦੁਨੀਆ ਭਰ ਦੇ ਵਿੱਚ ਅੱਜ ਦੀਵਾਲੀ ਦਾ ਤਿਉਹਾਰ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ, ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਦੇ ਦਿਨ ਅਨੋਖੀ ਰੌਣਕਾਂ ਲੱਗਦੀਆਂ, ਕਿਉਂਕਿ ਸਿੱਖ ਕੌਮ ਅੱਜ ਦੇ ਦਿਨ ਬੰਦੀ ਛੋੜ ਦਿਵਸ ਦੇ ਤੌਰ 'ਤੇ ਮਨਾਉਂਦੀਆਂ ਨੇ। ਆਓ ਤਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਬੰਦੀ ਛੋੜ ਦਿਵਸ ਦੇ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਕਿੱਦਾਂ ਰੌਣਕਾਂ ਲੱਗੀਆਂ ਨੇ ਅਤੇ ਕਿੱਦਾਂ ਇੱਕ ਇਸ਼ਨਾਨ ਕਰਨ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਪੁੱਜਦੀ ਹੈ, ਕਿਉਂਕਿ ਇੱਕ ਮੰਨਿਆ ਜਾਂਦਾ ਹੈ ਕਿ ਅੱਜ ਦਾ ਇਸ਼ਨਾਨ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ। ਆਓ ਦਿਖਾਉਂਦੇ ਤੁਹਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਰੌਣਕਾਂ, ਜਿੱਥੇ ਕਿ ਸੰਗਤ ਦਾ ਠਾਠਾ ਮਾਰਦਾ ਇਕੱਠ ਅੱਜ ਗੁਰੂ ਘਰ ਦੇ ਦਰਸ਼ਨ ਦੀਦਾਰ ਵਾਸਤੇ ਪੁੱਜ ਰਿਹਾ ਹੈ। ਅੰਮ੍ਰਿਤਸਰ ਸਾਹਿਬ ਤੋਂ ਜਾ ਰਹੀ ਸ਼ਾਮ ਨੂੰ ਦੀਪਮਾਲਾ ਰਾਸ਼ਟਰਪਤੀ ਦੇ ਸੰਗਤਾਂ ਵਿੱਚ ਬੜਾ ਉਤਸ਼ਾਹ ਆ, ਭਾਰ ਆ, ਹੈ ਨਾ, ਜਿੱਦਾਂ ਕਹਿੰਦਾ
ਆਪ ਹੀ ਹੱਥੇ ਤਿਆਰ ਕੀਤਾ ਦਿਵਾਲੀ ਦੀ ਮਹਾਰਾਜ ਹਰ ਇੱਕ ਨੂੰ ਵਧਾਈ ਹੋਵੇ ਬਹੁਤਾ ਬਹੁਤਾ ਮਾਣ ਸਨਮਾਨ ਸਮੁੰਦਰੀ ਪਰਮਾਤਮਾ ਜੀ ਭਲੇ ਜੀ ਭਲਾ ਹਰ ਇੱਕ ਦਾ ਭਲਾ ਹੋਵੇ ਜੀ ਮਹਾਰਾਜ ਇੱਕ ਮਿੰਟ ਜੀ ਥੋੜ੍ਹਾ ਹੱਥ ਕਰਨਾ ਚਾਹੀਦਾ ਹਜ਼ਾਰਾਂ ਦੀ ਤਾਦਾਦ 'ਚ ਅੱਜ ਸੰਗਤ ਜਿਹੜੀ ਹੈ ਗੁਰੂ ਘਰ ਵਿੱਚ ਨਤਮਸਤਕ ਹੋ ਰਹੀ ਹੈ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਨੇ ਅਤੇ ਸੰਗਤ ਜਿਹੜੀ ਹੈ ਗੁਰੂ ਘਰ ਜਿਹੜੀ ਮੱਥਾ ਟੇਕ ਕੇ ਆਈ ਹੈ ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਜੀ ਅੱਜ ਬੰਦੀ ਛੋੜ ਦਿਵਸ ਦੇ ਉੱਤੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਏ ਹੋ, ਕੀ ਕਹਿਣਾ ਚਾਹੋਗੇ? ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਹਾ ਨਾਨਕ ਖਸਮ ਜਾਏ ਨਾਇਰ ਰਾਮਦਾਸ। ਸੋ ਆਪ ਜੀ ਪਾਵਣ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੁਆਰੇ ਕਰ ਰਹੇ ਹੋ ਸਤ ਸੰਗਤ ਜੀਓ। ਸੋ ਅੱਜ ਉਸ ਅਕਾਲ ਪੁਰਖ ਵਾਹਿਗੁਰੂ ਜੋ ਦਸ ਗੁਰੂ ਸਾਹਿਬਾਨਾਂ ਦੇ ਵਿੱਚੋਂ ਜੋ ਛੇਵੇਂ ਗੁਰੂ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਜੋ ਦੀਵਾਲੀ ਦੇ ਕਹਿ ਸਕਦੇ ਬੰਦੀ ਛੋੜ ਦਿਵਸ, ਸਤਿਗੁਰੂ ਜੀ ਦਾ ਜੋ ਬੰਦੀ ਛੋੜ ਦਿਵਸ ਹੈ ਜੀ ਸਤਿਸੰਗਤ ਜੀ,
ਸਤਿਗੁਰੂ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉਡੀਨਾ, ਸਤਿਗੁਰ ਪਾਰਸ ਪਰਸੀਐ ਕੰਚਨ ਕਰੈ ਮਲੂਰ ਮਲੀਨਾ। ਸੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਬਹੁਤ ਸੰਗਤ ਦੂਰ ਦੁਰਾਂਡੇ ਤੋਂ ਪਹੁੰਚੀ ਹੈ ਸਤਸੰਗ ਜੀ, ਦੇਸ਼ ਵਿਦੇਸ਼ ਤੋਂ ਸੰਗਤ ਨਮਸਤਕ ਹੋ ਰਹੀ ਹੈ। ਸੰਗਤਾਂ ਦਾ ਜੋ ਕਿ ਠਾ ਠਾ ਮਾਰਦਾ ਇਕੱਠ, ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਆ, ਜੋ ਕਿ ਜੋ ਰਾਤ ਨੂੰ ਜੋ ਆਸਤਬਾਜ਼ੀ ਜੋ ਹੋਣੀ ਹੈ ਸਤਸੰਗ ਜੀ, ਆਸਤਬਾਜ਼ੀ ਜੋ ਜਲੋ ਸਜਣੇ ਉਹਨਾਂ ਦੇ ਵਿੱਚ ਬਹੁਤ ਉਤਸ਼ਾਹ ਸਤਸੰਗ ਜੀ। ਸੋ ਸਤਿਗੁਰੂ ਜੀ ਦਾ ਜੋ ਗਵਾਲੀਅਰ ਦੇ ਕਿਲੇ, ਸਤਿਗੁਰੂ ਜੀ ਜੋ ਮਹਾਰਾਜ ਦਾ ਗਵਾਲੀਅਰ ਦੇ ਕਿਲੇ 52 ਰਾਜਿਆਂ ਨੂੰ ਸਤਿਗੁਰੂ ਜੀ ਮੁਕਤ ਕਰਾ ਕੇ ਪਹਿਲਾਂ ਆਪ ਬੰਦੀ ਬਣੇ, ਫਿਰ ਸਤਿਗੁਰੂ ਜੀ ਜਿਹੜੇ ਰਾਜੇ ਸੀ ਮਹਾਰਾਜ ਦੇ 52 ਰਾਜੇ, 52 ਰਾਜਿਆਂ ਨੂੰ ਮੁਕਤ ਕਰਾਇਆ ਸਤਿਗੁਰੂ ਜੀ। ਉਸ ਸੰਬੰਧ ਵਿੱਚ ਆਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਤਾਰਦੇ ਨੇ, ਅਤੇ ਉੱਥੇ ਆਣ ਕੇ ਫਿਰ ਸਤਿਗੁਰੂ ਜੀ ਸੰਗਤ ਸਾਰੇ ਸੰਗਤ ਇਕੱਠੇ ਹੋ ਕੇ ਸਤਿਗੁਰਾਂ ਜੀ ਦਾ ਜੋ ਪਾਵਨ ਪਵਿੱਤਰ ਦਿਹਾੜਾ, ਸਤਿਗੁਰੂ ਜੀ ਦਾ ਬੰਦੀ ਛੋੜ ਦਿਵਸ, ਨਮਸਤਕ ਦੀਪਮਾਲਾ ਔਰ ਆਸਤਬਾਜ਼ੀ ਦੇ ਨਾਲ ਮਨਾ ਕੇ ਆਪਣਾ ਮਨ ਪ੍ਰਸਾਦ ਦਾਸ ਦੇ ਕਵੀਸ਼ਰੀ ਜੱਥੇ ਵੱਲੋਂ ਸਤਿਗੁਰੂ ਜੀ ਦੇ ਬੰਦੀ ਛੋੜ ਦਿਵਸ ਦੀਆਂ ਬੇਨਤ ਬੇਨਤ ਮੁਬਾਰਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜੀ, ਕੀ ਕਹਿਣਾ ਚਾਹੋਗੇ ਜੀ ਅੱਜ ਕਿਸ ਤਰ੍ਹਾਂ ਫਿਰ ਤੁਸੀਂ ਅੱਜ ਬੰਦੀ ਛੋੜ ਦਿਵਸ ਮਨਾਓ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀਵਾਲੀ ਦਾ ਪਵਿੱਤਰ ਦਿਹਾੜਾ ਅਤੇ ਅੱਜ ਸੰਗਤਾਂ ਵਿਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀਆਂ, ਇਹ ਬਹੁਤ ਪਵਿੱਤਰ ਦਿਹਾੜਾ ਕਿਉਂਕਿ ਇਸ ਦਿਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ 52 ਰਾਜਿਆਂ ਨਾਲ ਇਸ ਪਵਿੱਤਰ ਸਥਾਨ 'ਤੇ ਇਸ ਦੀਪਮਾਲਾ ਕੀਤੀ ਜਾਂਦੀ ਆ। ਅਸੀਂ ਬਹੁਤ ਜ਼ਿਆਦਾ ਬਹੁਤ ਪ੍ਰਸੰਨ ਹੈ ਕਿ ਅਸੀਂ ਅੰਮ੍ਰਿਤਸਰ ਧਰਤੀ 'ਤੇ ਰਹਿਣ ਵਾਲੇ ਹਾਂ ਅਤੇ ਇੱਥੇ ਲੱਖਾਂ ਕਰੋੜਾਂ ਦੀ ਤਾਕਾਤ ਵਿੱਚ ਸੰਗਤ ਰੋਜ਼ ਆਉਂਦੀ ਹੈ ਅਤੇ ਇਹ ਦਿਹਾੜਾ ਬਹੁਤ। ਕਿਸ ਤਰ੍ਹਾਂ ਤੁਸੀਂ ਇਸ਼ਨਾਨ ਕੀਤਾ ਕੀ? ਅੱਜ ਅਸੀਂ ਸਵੇਰੇ ਅੰਮ੍ਰਿਤ ਵੇਲੇ ਆਏ ਇੱਥੇ, 4 ਵਜੇ ਆ ਕੇ ਮਹਾਰਾਜ ਘਰ ਸੇਵਾ ਕੀਤੀ, ਇਸ਼ਨਾਨ ਕੀਤਾ ਅਤੇ ਬਹੁਤ ਅਸੀਂ ਸਮਝਦੇ ਵੀ ਬਹੁਤ ਪਵਿੱਤਰ ਦਿਹਾੜਾ ਸਾਡੇ ਲਈ, ਅਸੀਂ ਬਹੁਤ ਭਾਗੀ ਹਾਂ। ਵਾਹਿਗੁਰੂ ਖਾਲਸਾ, ਵਾਹਿਗੁਰੂ। ਕੀ ਕਹੋਗੇ ਜੀ ਅੱਜ ਕਿਸ ਤਰ੍ਹਾਂ ਦੀ ਤੁਸੀਂ ਦਿਨ ਮਨਾਇਆ ਜੀ ਅੱਜ ਇੱਥੇ ਆ ਕੇ ਬੰਦੀ ਛੋੜ ਦਿਵਸ ਦੀ ਗੱਲ? ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਮੇਰਾ ਕੀਤੀਆਂ ਅੱਜ ਜੀ, ਅੱਜ ਤਾਂ ਬੜੀ ਕਿਰਪਾ ਦਾ ਦਿਨ ਆ, ਬੜਾ ਤਕੜਾ ਦਿਹਾੜਾ ਹੈ ਸਿੱਖ ਸੰਸਾਰ ਵਾਸਤੇ, ਪੂਰੇ ਇੰਡੀਆ ਵਾਸਤੇ ਬੜੀਆ ਵਧੀਆ ਹੈ। ਮਹਾਰਾਜ ਨੇ ਇਸ ਦਿਨ ਗਵਾਲੀਅਰ ਦੀ ਧਰਤੀ ਤੋਂ 52 ਰਾਜਿਆਂ ਨੂੰ ਛੁਡਾਇਆ ਸੀ ਕੈਦ ਤੋਂ, ਔਰ ਅੱਜ ਦੇ ਦਿਨ ਅੰਮ੍ਰਿਤਸਰ ਪਹੁੰਚੇ ਸੀ। ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਸਾਡੀਆਂ ਸਿੱਖ ਸੰਗਤਾਂ ਨੇ ਉਹਨਾਂ ਨੇ ਦੀਪਮਾਲਾ ਕੀਤੀ ਕਿ ਉਹਦੇ ਦੀਵੇ ਜਲਾਏ ਸੀ, ਔਰ ਬੜੀ ਅਪਾਰ ਕਿਰਪਾ ਹੈ ਇਸ ਦਿਨ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਸਾਰਾ ਸਮਾਂ ਜਿਹੜਾ ਗਵਾਲੀਅਰ ਦੀ ਜੇਲ੍ਹ ਦੇ ਵਿੱਚ ਕੱਟ ਕੇ ਆਏ ਸੀਗੇ, ਉਸ ਤੋਂ ਮੁਕਤੀ ਸਾਰੇ ਦਿਨ ਦਵਾਈ ਸੀ ਇੱਥੇ, ਸਾਰਿਆਂ ਦਾ ਭਲਾ ਹੋਇਆ, ਕਿਰਪਾ ਹੋਈ ਹੈ। ਇਸ ਦਿਨ ਸ਼੍ਰੀ ਰਾਮ ਚੰਦਰ ਜੀ ਵੀ ਆਪਣਾ ਬਨਵਾਸ ਕੱਟ ਕੇ ਆਏ ਸੀ, ਉਹਨਾਂ ਦੇ ਆਉਣ 'ਤੇ ਵੀ ਲੋਕਾਂ ਨੇ ਦੀਪਮਾਲਾ ਕੀਤੀ। ਦੇਖਿਆ ਕਿ ਕਿਸ ਤਰੀਕੇ ਨਾਲ ਸੰਗਤ ਜਿਹੜੀ ਹੈ ਅੱਜ ਇੱਥੇ ਪੁੱਜ ਰਹੀ ਹੈ, ਔਰ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਲੱਖਾਂ ਹੀ ਪ੍ਰਾਣੀ ਜਿਹੜੇ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਰਹੇ ਨੇ ਅਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ, ਅਤੇ ਹੁਣ ਜਿਹੜੀ ਹੈ ਜਿੱਥੇ ਸੰਗਤ ਅੱਜ ਇੱਕ ਜਿਹੜਾ ਇਸ਼ਨਾਨ ਕਰਨ ਵਾਸਤੇ ਪੁੱਜੀ ਹੈ, ਅਤੇ ਨਾਲ ਨਾਲ ਉਹਦੇ ਨਾਲ ਨਾਲ ਜਿਹੜੀ ਸੰਗਤ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਤਿਸ਼ਬਾਜ਼ੀ ਦਾ ਵੀ ਨਜ਼ਾਰਾ ਦੇਖਣ, ਕੁਛ ਹੋਰ ਜਿਹੜੀ ਸੰਗਤ ਇਸ ਜਗ੍ਹਾ 'ਤੇ ਪੁੱਜੀ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਜੀ ਅੱਜ ਜਿਹੜੀ ਇੱਥੇ ਪੁੱਜੀ ਉਹ ਕੀ ਕਹੋਗੇ? ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਏ ਹਾਂ। ਅੱਜ ਦੀਵਾਲੀ ਦਾ ਤਿਉਹਾਰ ਹੈ, ਪਰਮਾਤਮਾ ਸਾਰਿਆਂ ਵਾਸਤੇ ਖੁਸ਼ ਭਰੀ ਦੀਵਾਲੀ ਲਿਆਵੇ। ਕੀ ਕਹੋਗੇ ਜੀ ਅੱਜ ਕੀ ਇਸ਼ਨਾਨ ਕੀਤਾ ਜੀ ਗੁਰੂ ਘਰ 'ਚ ਆ ਕੇ, ਕਿਉਂਕਿ ਅੱਜ ਦਾ ਇਸ਼ਨਾਨ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਜੀ? ਹਾਂਜੀ ਬਿਲਕੁਲ ਜੀ, ਇਸ਼ਨਾਨ ਤਾਂ ਰੋਜ਼ ਹੀ ਪਵਿੱਤਰ ਆ ਜਦੋਂ ਮਰਜ਼ੀ ਆਵੇ, ਪਰ ਦੀਵਾਲੀ ਵਾਲੇ ਦਿਨ ਹਰ ਕੋਈ ਚਾਹੁੰਦਾ ਵੀ ਦਿਨ ਦੀ ਚੰਗੀ ਸ਼ੁਰੂਆਤ ਹੋਵੇ, ਸਰ ਕੋਈ ਪਰਿਵਾਰ 'ਚ ਕੁਛ ਸ਼ਾਂਤੀ ਨਾਲ ਵਰਤਾਵੇ ਦੀਵਾਲੀ, ਅਤੇ ਮੈਂ ਆਉਂਦਾ ਵਾਂ ਵੀ ਅੰਮ੍ਰਿਤਸਰ 'ਤੇ ਕਿਰਪਾ ਰਵੇ ਦੀਵਾਲੀ ਦੀ। ਅੱਜ ਦਾ ਦਿਨ ਦੀ ਸ਼ੁਰੂਆਤ ਇੱਥੋਂ ਕੀਤੀ ਜੀ? ਹਾਂਜੀ ਹਾਂਜੀ ਇੱਥੋਂ ਕੀਤੀ ਵਾਹਿਗੁਰੂ ਜੀ।
ਤੁਸੀਂ ਦੇਖਿਆ ਕਿ ਸਿੱਖ ਸੰਗਤ ਦੀ ਇੱਕ ਆਸਥਾ ਹੈ ਕਿ ਜਿਹੜੀ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਆਉਂਦੇ ਨੇ ਅਤੇ ਉਹਨਾਂ ਦਾ ਆਖਣਾ ਹੈ ਕਿ ਅੱਜ ਦੇ ਦਿਨ ਦੀ ਸ਼ੁਰੂਆਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕਰਨਾ ਕਾਫੀ ਸੁਗਤ ਮੰਨਿਆ ਜਾਂਦਾ ਅਤੇ ਜਿਹੜਾ ਇੱਕ ਇਸ਼ਨਾਨ ਹੈ ਉਹਨੂੰ ਇੱਕ ਕਾਫੀ ਮਹੱਤਤਾ ਦਿੱਤੀ ਜਾਂਦੀ, ਇੱਕ ਪਵਿੱਤਰ ਇਸ਼ਨਾਨ ਹੈ ਅਤੇ ਅੱਜ ਉਹ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਹੇ ਨੇ, ਖਾਸ ਕਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਕੇ, ਜਿਹਦੇ ਕਿ ਆਖਿਆ ਜਾਂਦਾ ਹੈ ਕਿ ਦਾਲ ਰੋਟੀ ਕਰਦੀ ਦਿਵਾਲੀ ਅੰਮ੍ਰਿਤਸਰ ਦੀ, ਅਤੇ ਉਸ ਦਿਵਾਲੀ ਦੇ ਵਿੱਚ ਆਪਣੇ ਨੂੰ ਆਸਥਾ ਦੇ ਨਾਲ ਜੁੜਨ ਵਾਸਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਹੀ ਪ੍ਰਾਣੀ ਜਿਹੜੇ ਅੱਜ ਇੱਥੇ ਪੁੱਜ ਰਹੇ ਨੇ ਅਤੇ ਰਾਤ ਦੇ ਵੇਲੇ ਇੱਥੇ ਇੱਕ ਅਲੌਕਿਕ ਆਤਿਸ਼ਬਾਜ਼ੀ ਕੀਤੀ ਜਾਏਗੀ ਜਿਹਦਾ ਨਜ਼ਾਰਾ ਦੇਖਣ ਵਾਸਤੇ ਲੋਕ ਦੇਸ਼ ਵਿਦੇਸ਼ ਤੋਂ ਇੱਥੇ ਪੁੱਜਦੇ ਨੇ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ ਟੀਵੀ, ਅੰਮ੍ਰਿਤਸਰ।